अपना प्रधानमंत्री बाजे के, प्रधानमंत्री बाजे के दी समझदे आ तुसीं वी ओ इस दे काबिल है वी इनियां धारा लगा के ते डिब्रूगढ़ किते भेजा जावे। सोशल मीडिया दे उत्ते ओदी वी अज हुण ओदे हक दे विच वी बहुत सारी मुहिम बनाउण दी कोशिश हो रही आ, पर कहिंदे वी भोला सी उहने बहुत सारे जिहड़े आ ओ सिर्फ ते सिर्फ ओ तां व्यूज लैण दे लई इह सारा कुछ बोली जांदा सी। अज बहुत सारे लोकां नूं आपां नूं सिमती वी आ क्योंकि पता ही आ सानूं कि किन्ने किन्ने पाणी च विचारा कि अगला तां सिर्फ उहनूं व्यू आउंदे सी। कहिंदे वी इक पत्रकार ने पोस्ट पाई कहिंदे उह घड़ी मुड़ी मुड़ के यूट्यूब देखी जांदा हुंदा सी वी किन्ने पैसे बण गए। हाँ जी बिल्कुल बिल्कुल ओहदे उत्ते एनएसए लगाउणी देखो गल साहब। चलो सरकारां आखदे जो तक कोई पंजाब दे जी तक चाहिए हैगी हैगी आ उहनूं जी उहनूं जिथे भेजिआ गिआ ਮਾਤੜ ਪਰਿਵਾਰ ਆ ਕਿੱਥੋਂ ਜਾ ਕੇ ਉਹ ਇੱਥੇ ਪਹੁੰਚ ਕਰਨਗੇ ਡਿਬਰੂਗੜ੍ਹ। ਨੰਬਰ ਦੋ ਤੇ ਉਹ ਜਿਹੜਾ ਹੁਣ ਬੰਦਾ ਆ ਉਹ ਮੈਂ ਇਹ ਵੀ ਸਮਝਦਾ ਕਿ ਚਲੋ ਉਹਨੂੰ ਤਾਂ ਸਮਝ ਹੈ ਨਹੀਂ ਸੀ ਵੀ ਇਹਨਾਂ ਗੱਲਾਂ ਦੇ ਮਤਲਬ ਕਿੱਥੇ ਨਿਕਲਣੇ ਆ। ਹਾਂ ਬਿਲਕੁਲ ਜੀ ਫੜਾਂ ਬਹੁਤ ਵੱਡੀਆਂ ਸੀ ਪਰ ਜਿਹੜੇ ਲੋਕ ਹੁਣ ਪੋਸਟਾਂ ਪਾ ਰਹੇ ਆ ਉਹਨਾਂ ਮਿਲਦੇ ਵਰਤਦੇ ਸੀ ਉਹਨੂੰ ਰੋਕਿਆ ਜਾ ਸਕਦਾ ਸੀ। ਮੈਂ ਬਹੁਤ ਵਾਰੀ ਦੇਖਿਆ ਆਪਣੇ ਤੂਫਾਨ ਸਿੰਘ ਨੂੰ ਛੜਾ ਕੇ ਲੈ ਕੇ ਆਏ ਨਾ ਤੇ ਪ੍ਰਧਾਨ ਮੰਤਰੀ ਬਾਜੇ ਤੇ ਵੀਡੀਓ ਬਣਾਉਂਦਾ ਗੱਡੀ ਦੇ ਕੋਲ ਗਿਆ ਜੀ ਤੇ ਅੰਦਰ ਬੈਠੇ ਉਹ ਤੂਫਾਨ ਸਿੰਘ ਨੇ ਜਿਹਨੂੰ ਅਜਨਾਲਾ ਥਾਣੇ ਤੋਂ ਛੜਾਇਆ ਸੀ ਉਹਨੇ ਸ਼ੀਸ਼ਾ ਉੱਪਰ ਕਰ ਲਿਆ। ਉਹ ਪਿਛਲੇ ਸ਼ੀਸ਼ੇ ਤੋਂ ਅੱਗੇ ਗਿਆ ਅੱਗੇ ਵੀਡੀਓ ਬਣਾਉਣ ਤੇ ਮੋਹਰੇ ਅੰਮ੍ਰਿਤਪਾਲ ਸਿੰਘ ਬੈਠੇ ਸੀ ਉਹਨਾਂ ਨੇ ਸ਼ੀਸ਼ਾ ਤਾਂ ਚੱਕ ਲਿਆ। ਜੀ ਬਿਲਕੁਲ ਬਿਲਕੁਲ ਉੱਥੇ ਅੰਦਾਜ਼ਾ ਹੋ ਜਾਣਾ ਚਾਹੀਦਾ ਸੀ। ਅੰਦਾਜ਼ਾ ਕੀ ਹੋਣਾ ਚਾਹੀਦਾ ਸੀ ਉਹ ਬੰਦਾ ਵਿਚਾਰਾ ਇਸੇ ਕਾਬਿਲ ਨਹੀਂ ਸੀ ਇਹ ਤਾਂ ਸਰਾਸਰੀ ਵਿਚਾਰੇ ਦੇ ਉੱਤੇ ਪਰ ਉੱਥੇ ਜਦੋਂ ਪੱਟਾਂ ਤੇ ਥਾਪੀਆਂ ਮਾਰਦਾ ਸੀ ਬਹੁਤ ਜ਼ਿਆਦਾ ਕਈ ਵਾਰੀ ਬਹੁਤ ਗੰਦੇ ਇਸ਼ਾਰੇ ਵੀ ਵਿੱਚ ਬੋਲ ਦਿੰਦਾ ਸੀ ਉਦੋਂ ਵੀ ਕਿਸੇ ਨਾ ਕਿਸੇ ਨੂੰ ਕਹਿਣਾ ਚਾਹੀਦਾ ਸੀ ਕਿ ਭਾਈ ਇਹ ਗੱਲਾਂ ਦੇ ਮਤਲਬ ਰੋਕਣਾ ਚਾਹੀਦਾ ਸੀ ਦੂਰ ਤੱਕ ਜਾ ਕੇ ਨਿਕਲਦੇ ਹੁੰਦੇ ਆ ਤੂੰ ਹੀ ਸੰਭਲ ਜਾ ਪਰ ਉਦੋਂ ਉਸ ਨੇ ਸੰਭਲਿਆ ਨਹੀਂ। ਜੀ ਬਿਲਕੁਲ ਗੱਲ ਸਾਹਿਬ ਮੈਂ ਇੱਥੇ ਦੱਸ ਦਵਾਂ ਕਿ ਜਿਹੜੀ ਜਿਹੜੀ ਖਬਰ ਸਾਡੇ ਕੋਲ ਪਹੁੰਚੀ ਆ ਕਿ ਜਿਹੜਾ ਅਜਨਾਲਾ ਕਾਂਡ ਵਰਤਿਆ ਉਹ ਵਾਪਰਿਆ ਉਸ ਤੋਂ ਦੂਸਰੇ ਦਿਨ ਹੀ ਜਿਹੜੀ ਆ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਤੇ ਜਿਹੜੀ ਐਫ ਆਈ ਆਰ ਦਰਜ ਹੋ ਚੁੱਕੀ ਸੀ। ਪਰ ਦੇਖਿਆ ਜਾਵੇ ਪੁਲਿਸ ਨੇ ਇੰਨੀ ਦੇਰ ਵਿੱਚ ਕਿਉਂ ਦੇਰੀ ਕਿਉਂ ਪਾਈ, ਕੋਈ ਵੱਡਾ ਐਕਸ਼ਨ ਕਰਨ ਦੀ ਤਿਆਰੀ ਦੇ ਵਿੱਚ ਸੀ ਜਾਂ 19 ਤਰੀਕ ਆਪਾਂ ਲਾ ਲਓ ਕਿ ਸਿੱਧੂ ਮੂਸੇਵਾਲੇ ਦੀ ਬਰਸੀ ਉੱਤੇ ਲੋਕਾਂ ਦਾ ਇਕੱਠ ਹੋਣਾ ਸੀ, ਕਿਸੇ ਤਰ੍ਹਾਂ ਵੀ ਲਾ ਲਓ, ਪਰ ਪੁਲਿਸ ਦਾ ਆਪਣੇ ਪੰਜਾਬ ਸਰਕਾਰ ਦਾ ਦਿੱਲੀ ਸਰਕਾਰ ਤੋਂ ਪੰਜਾਬ ਦੇ ਵਿੱਚ ਜਿਹੜੀਆਂ ਪੈਰਾਮਿਲਟਰੀ ਫੋਰਸ ਸੱਦਣੀਆਂ ਏਡਾ ਤਕੜਾ ਅਰੇਂਜਮੈਂਟ ਕਰਨਾ ਪ੍ਰਬੰਧ ਕਰਨਾ ਐਫ ਆਈ ਆਰ ਤੋਂ ਬਾਅਦ ਇੰਨੇ ਦਿਨਾਂ ਦੇ ਬਾਅਦ ਐਕਸ਼ਨ ਲੈਣਾ ਇਹ ਕਿਤੇ ਨਾ ਕਿਤੇ ਦੇਖਿਆ ਜਾਵੇ ਪੁਲਿਸ ਇਸ ਤਾਂਕ ਦੇ ਵਿੱਚ ਸੀਗੀ ਕਿ ਸਾਰੇ ਪਾਸਿਓਂ ਇੱਕ ਤੀਰ ਦੇ ਨਾਲ ਜਾਂ ਤਿੰਨ ਚਾਰ ਨਿਸ਼ਾਨੇ ਜਿਹੜੇ ਇਕੱਠੇ ਉਹ ਲਾਏ ਨੇ ਉਹ ਇਹਨਾਂ ਲਾਉਣ ਦੇ ਵਿੱਚ ਸਫਲ ਵੀ ਹੋਈ ਆ ਪੰਜਾਬ ਪੁਲਿਸ। ਪਰ ਜਿਹੜੀਆਂ ਅੱਜ ਸਾਡੇ ਕੋਲ ਵੀਡੀਓ ਪਹੁੰਚੀਆਂ ਨੇ ਸੋਸ਼ਲ ਮੀਡੀਆ ਸੁਰਖੀਆਂ ਬਣੀਆਂ ਨੇ, ਪਰ ਗੱਲ ਸਾਹਿਬ ਇਹ ਜਿਹੜੀਆਂ ਇਹ ਵੀਡੀਓ ਅੱਜ ਤੁਸੀਂ ਆਪਾਂ ਗੱਲ ਕੀਤੀ ਆ ਕਿ ਗੁਲਾਬੀ ਪੱਗ ਭਾਈ ਸਾਹਿਬ ਉਹਨਾਂ ਨੇ ਬੰਨੀ ਆ, ਇਹ ਪਰ ਇਹ ਵੀਡੀਓ 18 ਤਰੀਕ ਦੀ ਆ ਜੀ। ਬਿਲਕੁਲ ਜੀ 18 ਤਰੀਕ ਦੀ ਆ, ਉਸ ਵੇਲੇ ਦੀ ਆ ਜਦੋਂ ਉੱਥੋਂ ਕੱਪੜੇ ਬਦਲ ਕੇ ਉੱਥੋਂ ਗਏ ਨੇ ਜੀ। ਮੈਂ ਨਾ ਇੱਕ ਗੱਲ ਤਾਂ ਸਮਝਣ ਦੀ, ਮੈਂ ਬੜਾ ਹੈਰਾਨ ਆ ਜੀ। ਦੇਖੋ ਜਦੋਂ ਆਪਾਂ ਬਿਆਨਬਾਜ਼ੀ ਵੀ ਕਰ ਚੁੱਕੇ ਆ, ਗੱਲ ਸਮਝੋ ਬਾਹਰ ਆ ਕਿ ਅੰਮ੍ਰਿਤਪਾਲ ਸਿੰਘ ਹੁਣ ਗ੍ਰਿਫਤਾਰੀ ਦੇ ਦਿੰਦੇ ਹੁਣ ਕਿਉਂਕਿ ਜਦੋਂ ਕਿੱਥੇ ਹੀ ਚਲ ਜਾਓਗੇ ਜੀ ਪੰਜਾਬ ਦੇ ਵਿੱਚੋਂ ਆਪਾਂ ਬਹੁਤ ਸਾਰੀਆਂ। ਮੈਂ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਦਿਨ ਕਿ ਕਿਤੇ ਲਾਈਵ ਹੋ ਕੇ ਭੀੜਾਂ ਦੇ ਭੀੜ ਦੇ ਸਮੂਹ ਦੇ ਵਿੱਚ ਖੜ ਕੇ ਆਪਣੀ ਗ੍ਰਿਫਤਾਰੀ ਦਿੰਦੇ, ਆਪਣਾ ਜੋ ਵੀ ਕੇਸ ਸੀ ਅਦਾਲਤ ਦੇ ਵਿੱਚ ਆ ਕੇ ਭੁਗਤ ਲੈਂਦੇ। ਹੁਣ ਜੀ ਸਭ ਕੁਝ ਸ਼ੱਕੀ ਚੱਲ ਰਿਹਾ, ਸਾਰਾ ਕੁਝ ਸ਼ੱਕੀ ਚੱਲ ਰਿਹਾ ਵਿੱਚ। ਗਿਆ ਸਰ ਤੁਹਾਨੂੰ ਲੱਗਦਾ ਨੀ ਕਿ ਜੇ ਹਾਈ ਕੋਰਟ ਦਾ ਜਿਹੜਾ ਅੱਜ ਜੱਜ ਸਾਹਿਬਾਨ ਨੇ ਜਿਹੜੇ ਆਰਡਰ ਦਿੱਤੇ ਨੇ ਕਿ 7 ਦਿਨਾਂ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਣਾ ਚਾਹੀਦਾ, ਉਸ ਇਹ ਆਰਡਰ ਹੋਣ ਤੋਂ ਬਾਅਦ ਜਿਹੜੀ ਇਹ ਇੱਕਦਮ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਆ ਇਹ ਫੁਟੇਜ ਜਿਹੜੀ ਜਾਰੀ ਕੀਤੀ ਗਈ ਆ, ਤੇ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਨੀ ਕਿ ਪੁਲਿਸ ਨੇ ਇਹ ਸਾਰਾ ਸਿਸਟਮ ਉਹਨਾਂ ਕੋਲ ਪਹਿਲਾਂ ਸੀਗਾ ਕਿਤੇ ਨਾ ਕਿਤੇ ਦੇਖਿਆ ਜਾਵੇ ਇਸ ਨੂੰ ਗੱਲ ਨੂੰ ਕਹਾਣੀ ਨੂੰ ਲਮਕਾਉਣ ਦੇ ਲਈ ਇਹ ਜਿਹੜਾ ਸਾਰਾ ਸਟੰਟ ਜਿਹੜਾ ਕੀਤਾ ਜਾ ਰਿਹਾ। ਤੇ ਲੱਗਦਾ ਤੁਹਾਨੂੰ ਲੱਗਦਾ ਕਿ ਅੱਜ 21 ਤਰੀਕ ਹੋ ਗਈ ਆ ਤੇ 18 ਤਰੀਕ ਤੋਂ ਲੈ ਕੇ ਤੇ 3 ਦਿਨ ਅੱਜ ਵਿੱਚ ਪੈ ਚੁੱਕੇ ਨੇ ਤੇ ਹਜੇ ਵੀ ਜਿਹੜੇ ਆਪਾਂ ਭਾਈ ਸਾਹਿਬ ਫਰਾਰ ਦੱਸੇ ਜਾਂਦੇ ਨੇ। ਉਹ ਮਹਾਰਾਜ ਜੀ ਗੱਲਬਾਤ ਇਹੀ ਤਾਂ ਗੱਲ ਆ ਵੀ ਕੋਈ ਕਿੱਦਾਂ ਮੰਨੇ ਕਿ ਤੁਹਾਡਾ 7-8 ਜ਼ਿਲ੍ਹਿਆਂ ਦਾ ਪੁਲਿਸ ਤੇ ਪੰਜਾਬ ਪੁਲਿਸ ਨਾ ਜਦੋਂ ਕਿਸੇ ਨੂੰ ਫੜਨ ਤੇ ਆ ਜਾਏ ਕਹਿੰਦੇ ਕਹਿੰਦੇ ਬੰਦਾ ਪਤਾ ਚੋਂ ਕੱਢ ਲਿਆਉਂਦੀ ਆ, ਤੇ ਇਹ ਤਾਂ ਕਿਤੇ ਬੰਦਾ ਵਾਲੀ ਗੱਲ ਵੀ ਨਹੀਂ, ਇਹ ਤਾਂ ਸੜਕ ਦੇ ਉੱਤੇ ਹੀ ਘੁੰਮ ਰਹੇ ਸੀ ਤਾਂ ਹੀ ਤਾਂ ਗੱਲ ਦੇ ਉੱਤੇ ਸਵਾਲੀਆ ਚਿੰਨ ਲੱਗ ਰਿਹਾ
कि महाराज बंदा तुहाडे कोलों किस तरह चल गया, यही गल जज साहब ने भी उठाई है। जी बिल्कुल, अपना खबरी अगली खबर वाल वधिए थोड़ा जिहा जी, जिहड़ियां हुण झंडे नूं लैके जिहड़ा एक प्रदर्शन पहलां तां होया जी लंडन दे विच, लंडन दे विच मुंडिया ने रोह दे गुस्से दे विच आ के उत्ते अंबैसी दे मोहरे लंडन दे विच अपना नौजवान एक उत्ते चढ़े ने अंबैसी दे मोहरे, तो उत्थों जिहड़ा भारत दा झंडा सीगा उहनूं उतार के जिहड़ियां तुसीं हुण तस्वीरां देख रहे हो वीडियो देख रहे हो, ते उत्थे अपना खालिस्तान दा झंडा जिहड़ा उह चलाउण दी कोशिश कीती चलाया, ते बाहर विच जिहड़े तुसीं देख रहे हो वीडियो दे विच उत्थे जिहड़े कर्मचारी अंदर अधिकारी नूं कम्म करदे बाहर निकले भी ने, कई अंबैसिया के जिदा आस्ट्रेलिया अमेरिका अंबैसिया के भन तोड़ भी की गई है। तीसरी जे मैं तुहानूं वीडियो एक होर दिखावां अज ते इस दे विरोध दे विच हुण भारत दे विच इंडिया इंडिया दे दिल्ली दे विच जिहड़ी आ यूके दी अंबैसी आ ਉਹਦੇ ਵਿੱਚ ਮੋਹਰੇ ਕੁਛ ਸਿੱਖਾਂ ਨੇ, ਉਹ ਸਿੱਖ ਕਿਹੜੇ ਸਨ ਹੁਣ ਇਹਦੇ ਤੇ ਮੈਨੂੰ ਪਤਾ ਨਹੀਂ, ਕਿਉਂਕਿ ਆਹ ਤੁਸੀਂ ਜਿਹੜੀ ਤਸਵੀਰ ਹੁਣ ਸਕਰੀਨ ਉੱਤੇ ਐਸੇ ਦੇਖ ਰਹੇ ਹੋ ਇਹ ਕੁਛ ਭਾਰਤ ਦੇ ਵਿੱਚ ਇੰਡੀਅਨ ਯੂਕੇ ਦੀ ਅੰਬੈਸੀ ਮੋਹਰੇ ਇਹ ਲੋਕਾਂ ਨੇ ਪ੍ਰੋਟੈਸਟ ਕੀਤਾ ਕਿ ਅਸੀਂ ਭਾਰਤ ਦੇ ਨਾਲ ਸੰਬੰਧ ਆ ਕਿ ਸਾਡਾ ਭਾਰਤ ਸਾਡੀ ਸ਼ਾਨ ਹੈ ਜੋ ਵੀ ਇਹਨਾਂ ਨੇ ਕਿਹਾ ਹੈ ਵੀਡੀਓ ਦੇ ਵਿੱਚ, ਪਰ ਇਹ ਸਿੱਖਾਂ ਨੂੰ ਹੀ ਕਿਉਂ ਇਹ ਕਰਨਾ ਪਿਆ ਤੇ ਬਾਕੀ ਤਾਂ ਕੋਈ ਦੱਸਿਆ ਨਹੀਂ ਇਹਦੇ ਵਿੱਚ, ਤੇ ਇਹ ਕੌਣ ਸੀ ਕੀ ਕਾਰਨ ਕੀ ਹੈ ਜਿਹੜਾ ਅਸੀਂ ਅੱਬੜਵਾਹੀ ਜਿਹੜੀ ਭੜਕਾਹਟ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤੇ। ਨਹੀਂ ਪ੍ਰਕਾਹਟ ਹੈ ਨਾ ਜਿਹੜੀ, ਦੇਖੋ ਜੀ ਸੰਦੀਪ ਸਿੰਘ ਜੀ, ਜਿਹੜੇ ਹੱਕ ਦੇ ਵਿੱਚ ਕਰਨੇ ਆ ਉਹ ਬੰਦਾ ਕਹਿੰਦੇ ਆ ਵੀ ਬੰਦਾ ਹੱਕ ਦੇ ਵਿੱਚ ਅਸੀਂ ਉਹਦੇ ਪ੍ਰਦਰਸ਼ਨ ਕਰਨੇ ਆ ਅੰਮ੍ਰਿਤਪਾਲ ਸਿੰਘ ਦੇ ਜੀ, ਤੇ ਉਸ ਪ੍ਰਦਰਸ਼ਨ ਦੇ ਵਿੱਚ ਬੰਦਾ ਚੜ ਕੇ ਉੱਤੇ ਝੰਡਾ ਲਾ ਰਿਹਾ, ਝੰਡੇ ਨੂੰ ਥੱਲੇ ਲਾ ਰਿਹਾ, ਉੱਤੇ ਜਾ ਕੇ ਹੱਥੋਂ ਪਾਈ ਹੁਣ ਤਾਂ ਗੱਲ ਗਈ ਆ ਗਾਲਮ ਗਾਲੀ ਵੀਡੀਓ ਵਿੱਚ, ਇੱਕ ਵੀਡੀਓ ਮੇਰੇ ਕੋਲ ਵੀ ਹੈਗੀ ਆ ਸੋਸ਼ਲ ਮੀਡੀਆ ਤੇ ਪਾ ਦੂੰਗਾ, ਕਹੋ ਤਾਂ ਆਪਣੇ ਪੇਜ ਤੇ ਆਪਣੇ ਚੈਨਲ ਤੇ ਪਾਉਣੇ ਵਾਲੀ ਨਹੀਂ, ਗਾਲਾਂ ਕੱਢੀਆਂ ਜਾ ਰਹੀਆਂ, ਇਹ ਕਿਹੜੀ ਹਮਾਇਤ ਆ ਬਈ ਅੰਮ੍ਰਿਤਪਾਲ ਸਿੰਘ ਦੀ, ਕੀ ਇਹ ਹਮਾਇਤ ਇਹ ਜਦੋਂ ਇਹਦੇ ਤੇ ਕੋਈ ਬੋਲੇ ਉਸ ਵੇਲੇ ਝੱਟ ਦੇਣੀ ਆਪਾਂ ਜਿਹੜੇ ਟੈਗ ਲਾਉਣ ਤੁਰ ਪੈਂਦੇ ਆ, ਮੈਨੂੰ ਇਹ ਗੱਲ ਸਮਝਾਓ ਇਹ ਗੱਲਾਂ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਜਾਂਦੀਆਂ ਜਾਂ ਵਿਰੋਧ ਚ ਜਾਂਦੀਆਂ, ਬੰਦੇ ਨੂੰ ਛੱਡੋ ਜੀ ਤੇ ਕੱਢ ਰਹੇ ਹਾਂ ਆਪਾਂ ਗਾਲਾਂ, ਆਪਾਂ ਉਹਨਾਂ ਨੂੰ ਕਹਿ ਰਹੇ ਹਾਂ ਮੂਤ ਪੀਣਾ ਬਾਹਰ ਨਿਕਲੋ ਆਏ ਕਰੋ ਆਉ ਕਰੋ ਏਦਾਂ ਦੇ ਸ਼ਬਦ ਵਰਤ ਰਹੇ ਆ, ਤੇ ਮੈਂ ਦੱਸਾਂ ਤੁਸੀਂ ਸੰਦੀਪ ਸਿੰਘ ਜੀ ਮੈਨੂੰ ਦੱਸੋ ਤੁਸੀਂ ਇਹ ਸਭਿਅਕ ਭਾਸ਼ਾ ਆ, ਅੱਜ ਤੋਂ ਪਹਿਲਾਂ ਮੈਂ 1984 ਤੋਂ ਲੈ ਕੇ ਨਾ ਹੁਣ ਤੱਕ ਭਾਰਤੀ ਕੌਂਸਲੇਟਾਂ ਦੇ ਮੋਹਰੇ ਵਿਰੋਧ ਪ੍ਰਦਰਸ਼ਨ ਹੁੰਦੇ ਆਏ ਆ, ਪਰ ਜੋ ਪਿਛਲੇ ਸਮੇਂ ਤੋਂ ਚੱਲ ਰਿਹਾ ਨਾ ਬਜ਼ੁਰਗ ਸਾਡਿਆਂ ਨੇ ਬਹੁਤ ਜਗ੍ਹਾ ਜਿਹੜੇ ਆ ਉਹ ਲੰਮੇ ਸਮੇਂ ਪ੍ਰਦਰਸ਼ਨ ਕੀਤੇ ਆ, 1984 ਤੋਂ ਪ੍ਰਦਰਸ਼ਨ ਹੋ ਰਹੇ ਆ, ਪਰ ਕਦੀ ਆਹ ਕੁਛ ਨਹੀਂ ਦੇਖਣ ਨੂੰ ਮਿਲਿਆ ਜੋ ਕੁਛ ਹੁਣ ਦੇਖਣ ਨੂੰ ਮਿਲ ਰਿਹਾ, ਗਾਲਮ ਗਾਲੀ ਗੰਦੀਆਂ ਗਾਲਾਂ, ਉਹ ਵੀਡੀਓ ਤੁਸੀਂ ਆਪਣੇ ਪੇਜ ਤੱਕ ਤੇ ਨਹੀਂ ਲਾ ਸਕਦੇ, ਤੇ ਆਪਾਂ ਲੋਕਾਂ ਦੇ ਮੋਹਰੇ ਕਿਹੜੀ ਧਾਰਨ ਪੇਸ਼ ਕਰਨੀ ਚਾਹੁੰਦੇ ਆ, ਤੇ ਤੁਸੀਂ ਇਹ ਵੀ ਚਾਹੁੰਦੇ ਆ ਕਿ ਇਹਦੇ ਉੱਤੇ ਕੋਈ ਬੋਲੇ ਵੀ ਨਾ, ਜਿਹੜਾ ਬੋਲੂਗਾ ਉਹਦਾ ਮੂੰਹ ਘੱਟ ਦਿਆਂਗੇ, ਅੱਜ ਆਹ ਹੁਣ ਆਪਾਂ ਬੋਲਣ ਲੱਗੇ ਹਾਂ ਇਸ ਮਸਲੇ ਦੇ ਉੱਤੇ, ਕਈ ਬੰਦਿਆਂ ਨੇ ਇਸ ਉੱਤੇ ਸਵਾਲ ਉਠਾਉਣਗੇ, ਕਈ ਤਰ੍ਹਾਂ ਦੇ ਟੈਗ ਲਾਏ ਜਾਣਗੇ, ਪਰ ਮੈਂ ਇੱਕ ਗੱਲ ਸਵਾਲ ਉਠਾਉਣਾ ਕਿ ਜਿਹੜੇ ਬੰਦਾ ਤੁਸੀਂ ਕਹਿੰਦੇ ਬੰਦਾ ਅਸੀਂ ਛਡਾਉਣਾ ਏਦਾਂ ਛੁੱਟ ਜਾਊ, ਜਦੋਂ ਜੱਗੀ ਜੌਹਲ ਨੂੰ ਫੜਿਆ ਗਿਆ ਨਾ ਤੇ ਜੱਗੀ ਜੌਹਲ ਦੇ ਹੱਕ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੋਣ ਲੱਗੇ, ਹੈਸ਼ਟੈਗ ਜੱਗੀ ਜੌਹਲ ਵੀ ਚੱਲਿਆ, ਮੇਰਾ ਸਵਾਲ ਉਦੋਂ ਵੀ ਇਹੀ ਸੀ ਕਿ ਏਦਾਂ ਦੇ ਪ੍ਰੋਗਰਾਮਿੰਗ ਜਿਹੜੇ ਆਪਾਂ ਕਰ ਰਹੇ ਹਾਂ ਇੱਥੇ, ਆਪਣੇ ਮਨ ਨੂੰ ਤਾਂ ਆਪਾਂ ਸ਼ਾਂਤੀ ਦੇ ਲੈਂਦੇ ਹਾਂ, ਪਰ ਕੀ ਇਹ ਪ੍ਰੋਗਰਾਮ ਜਿਹੜੇ ਆ ਕਰਕੇ ਕੋਈ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ, ਕਿਤੇ ਇਹਦਾ ਮੁਲਾਂਕਣ ਵੀ ਕਰ ਲਈਏ। ਜੀ ਬਿਲਕੁਲ ਬਿਲਕੁਲ ਗੱਲ ਸਾਹਿਬ, ਇਹ ਮੈਂ ਹੁਣ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਵੀ ਜੇ ਵੀਡੀਓ ਸਕਰੀਨ ਤੇ ਦਿਖਾਉਣੀ ਚਾਹੁੰਦਾ ਕਿ ਜਿਹੜਾ ਅੱਜ ਲੰਡਨ ਅੰਬੈਸੀ ਦੇ ਮੋਹਰੇ ਉੱਥੇ ਦੇ ਭਾਈਚਾਰੇ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ, ਇਹ ਤੁਸੀਂ ਦੇਖੋ ਇਹ ਹੁਣ ਇਹ ਭਾਰਤ ਦੇ ਵਿੱਚ ਹੱਕ ਦੇ ਵਿੱਚ ਲੋਕ ਆਏ ਨੇ, ਤੇ ਇਹ ਇੱਥੇ ਹਾਈ ਕਮਿਸ਼ਨ ਨੇ ਵੀ ਬਾਹਰ ਆ ਕੇ ਹੁਣ ਝੰਡਾ ਇੱਕ ਤਾਂ ਆਪਾਂ ਲਾ ਦਿੱਤਾ, ਉਹਨਾਂ ਨੇ ਹੁਣ ਉੱਥੇ 15x10 ਫੁੱਟ ਦਾ ਝੰਡਾ ਇੱਕ ਹੋਰ ਲਾ ਦਿੱਤਾ, ਹੁਣ ਕਿੰਨੇ ਕੁ ਝੰਡੇ ਆਪਾਂ ਲਾਵਾਂਗੇ ਲਾਵਾਂਗੇ ਤੇ ਲਹਾਵਾਂਗੇ, ਹੁਣ ਦੇਖੋ ਇਹ ਜਿਹੜੇ ਆਹ ਜਿਹੜਾ ਝੰਡਾ ਹੁਣ ਇਹ ਮੈਸੀ ਦੇ ਅੱਜ ਉਹਨਾਂ ਨੇ ਵੱਡਾ ਕਰਕੇ ਲਾ ਦਿੱਤਾ ਕਿ ਸਾਡਾ ਮਸਲਾ ਇਹਦੇ ਨਾਲ ਹੱਲ ਨਹੀਂ ਹੋਣਾ ਕਿ ਝੰਡੇ ਲਾ ਦਿੱਤੇ ਝੰਡੇ ਲਾ ਦਿੱਤੇ, ਸਾਡਾ ਮਸਲਾ ਹੋਣਾ ਹਨਾ ਅਸੀਂ ਹੱਕਮਈ ਆਪਣੇ ਹੱਕ ਲੈਣੇ ਨੇ, ਸਾਨੂੰ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਪ੍ਰੋਟੈਸਟ ਉਹ ਕਰਨੇ ਪੈਣੇ ਨੇ। ਜੀ ਗੱਲ ਸਾਹਿਬ ਸੰਦੀਪ ਸਿੰਘ ਜੀ, ਇਹਨਾਂ ਦੇ ਵਿੱਚ ਮੁੰਡੇ ਸਟੂਡੈਂਟ ਵੀ ਸੀ ਜੀ, ਜੋ ਮੀਡੀਆ ਰਿਪੋਰਟਾਂ ਨੇ ਨਾ ਉਹਨਾਂ ਰਿਪੋਰਟਾਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ ਕਿ ਜਿਹੜੇ ਮੁੰਡੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ, ਕਿਉਂਕਿ ਭਾਰਤ ਸਰਕਾਰ ਨੇ ਇਸ ਮਸਲੇ ਦੇ ਵਿੱਚ ਦਬਾਅ ਬਣਾਇਆ ਕਿ ਭਾਰਤ ਦੇ ਝੰਡੇ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ ਆ, ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਉਹਨਾਂ ਦੇ ਐਨਓਸੀ ਜਿਹੜੇ ਆ ਕੈਂਸਲ ਕਰਨ ਤੱਕ ਦੀਆਂ ਖਬਰਾਂ ਚੱਲ ਰਹੀਆਂ ਨੇ,
सोशल मीडिया के उत्ते जां अपने तुसीं जाके देखो इंडियन एक्सप्रेस वर्गियां अखबारां ने इस मसले ते रिपोर्टिंग कीती आ। पिंडों जिहड़े बंदे इत्थे सैटल आ उहनां दी गल हो रहा, बहुत सारे स्टूडेंट भी इस मसले दे विच आए आ। जिहड़ा मुंडा फड़िया आ उस मसले कल शाम तक तां ਉਹ ਮੁੰਡਾ ਛੱਡਿਆ ਨਹੀਂ ਸੀ, ਪਤਾ ਨਹੀਂ ਹੁਣ ਛੱਡ ਦਿੱਤਾ ਹੋਵੇ, ਪਰ ਉਸ ਇਸ ਮਸਲੇ ਦੇ ਵਿੱਚ ਇੱਕ ਗੱਲ ਹੋਰ, ਅੰਮ੍ਰਿਤਪਾਲ ਸਿੰਘ ਹੋਣਾ ਦੀ ਇਹ ਇਹ ਤਸਵੀਰਾਂ, ਇੱਕ ਤਾਂ ਤਸਵੀਰਾਂ ਚੱਲ ਰਹੀਆਂ ਸੀ ਅੰਮ੍ਰਿਤਪਾਲ ਸਿੰਘ ਹੋਣਾ ਦੀ ਗ੍ਰਿਫਤਾਰੀ, ਤੇ ਦੂਜੀ ਟ੍ਰੈਂਡਿੰਗ ਕੀਤੀ ਆ ਕੱਲ ਟਵਿੱਟਰ ਦੇ ਉੱਤੇ ਲੰਡਨ ਅੰਬੈਸੀ ਤੇ ਨਾਲ ਖਾਲਿਸਤਾਨ, ਇਹ ਦੋ ਗੱਲਾਂ ਟਵਿੱਟਰ ਉੱਤੇ ਹੈਸ਼ਟੈਗ ਦੇ ਵਿੱਚ ਟ੍ਰੈਂਡਿੰਗ ਵਿੱਚ ਆਇਆ। ਲੰਡਨ ਆ ਸਾਰੇ ਲੋਕਾਂ ਨੇ ਵੀਡੀਓ ਸ਼ੇਅਰ ਕੀਤੀ ਆ ਉੱਥੇ ਜਾ ਕੇ, ਮਤਲਬ ਜੀ ਬਿਲਕੁਲ ਆਪਣੀ ਈਗੋ ਤਾਂ ਸਾਡੀ ਸੰਤੁਸ਼ਟ ਹੋ ਗਈ, ਅਸੀਂ ਗਾਲਾਂ ਵੀ ਕੱਢ ਲਈਆਂ, ਪਰ ਜਿਸ ਦੇ ਕਰਕੇ ਅਸੀਂ ਇਹ ਪ੍ਰੋਟੈਸਟ ਕੀਤਾ ਕਿਤੇ ਉਹਦਾ ਨਾਮ ਦੇ ਵਿੱਚ ਰਿਹਾ ਜਾਂ ਉਸ ਨੂੰ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ। ਯਾਰ ਮੈਂ ਦੇਖੋ ਸਾਡੇ ਬਜ਼ੁਰਗ ਨੇ ਸਾਡੇ ਭਾਈ ਬੰਦ ਨੇ ਅਗਲੇ ਦੀ ਤੁਹਾਡੀ ਵਿਚਾਰਧਾਰਾ, ਤੁਹਾਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਹੱਕ ਆ ਜੀ, ਸਦਕੇ ਕਰੋ, ਪਰ ਏਡੇ ਆਪਾਂ ਏਡੇ ਵੀ ਆਪਾਂ ਇਸ ਲੈਵਲ ਤੇ ਨਾ ਚਲੇ ਜਾਈਏ ਕਿ ਉਹ ਉਸ ਦੇ ਵਿੱਚ ਆਉਣ ਵਾਲੇ ਜਿਹੜੇ ਜਿਹਦੇ ਕਰਕੇ ਗਏ ਆ ਉਹਦਾ ਹੀ ਆਪਾਂ ਨੁਕਸਾਨ ਕਰਨ ਲੱਗ ਪਈਏ। ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਆਪਾਂ ਕਵਰ ਕਰਨ ਜਾਂਦੇ ਰਹੇ ਹਾਂ, ਆਪਾਂ ਜਾਂਦੇ ਰਹੇ 1984 ਦੇ ਬਾਬਤ ਹਰ ਸਾਲ ਆਉਂਦਾ, ਸਿਆਣੇ ਬਜ਼ੁਰਗ ਆ ਜਿਹੜੇ ਆਉਂਦੇ ਆ ਸਪੀਚ ਕਰਦੇ ਆ, ਆਪਣੇ ਦਿਲ ਦੇ ਬਲਬਲੇ ਲੋਕਾਂ ਦੇ ਸਾਹਮਣੇ ਰੱਖਦੇ ਆ, ਨਿਰਣਾ ਲੋਕਾਂ ਦਾ ਕੀ ਸੋਚਦੇ ਆ ਕੀ ਕਹਿੰਦੇ ਆ, ਆਪੋ ਆਪਣੇ ਘਰਾਂ ਨੂੰ ਆ ਜਾਂਦੇ ਆ। ਪਰ ਆਹ ਜਿਹੜਾ ਪ੍ਰਦਰਸ਼ਨ ਤੋਂ ਆਪਾਂ ਹੁੱਲੜਬਾਜ਼ੀ ਵੱਲ ਨੂੰ ਤੁਰ ਪਏ ਆ ਨਾ, ਅਸਲ ਦੇ ਵਿੱਚ ਇਹ ਗੱਲਾਂ ਸਟੇਟ ਨੂੰ ਵੀ ਫਿੱਟ ਬੈਠ ਰਹੀਆਂ, ਸਾਡੀ ਪੂਰੀ ਦੁਨੀਆ ਦੇ ਵਿੱਚ ਇਹ ਛਵੀ ਬਣਾਈ ਜਾ ਰਹੀ ਆ। ਇੱਕ ਸੈਨ ਫਰਾਂਸਿਸਕੀ ਦੀ ਵੀਡੀਓ ਆ, ਉਹ ਡੰਡੇ ਮਾਰ ਰਿਹਾ ਵੀ ਉਹਦੇ ਉੱਤੇ, ਡੰਡੇ ਮਾਰ ਕੇ ਤੁਹਾਨੂੰ ਕੀ ਮਿਲ ਜਾਊਗਾ ਭਾਈ, ਤੇ ਇਹ ਵੀ ਚਾਹੁੰਦੇ ਆ ਇਸ ਉੱਤੇ ਕੋਈ ਬੋਲੇ ਵੀ ਨਾ, ਜੇ ਕੋਈ ਬੋਲਿਆ ਤੇ ਫਿਰ ਆਪਾਂ ਕਹਿੰਦੇ ਦੇਖ ਲਵਾਂਗੇ ਤੈਨੂੰ ਵੀ, ਤੈਨੂੰ ਦੇਖੀ ਤੇਰਾ ਬਣਦਾ ਕੀ ਆ। ਐਟੀਟਿਊਡ ਆ ਇਹ ਸਾਡੇ ਆਪਣੇ ਖਿਲਾਫ਼ ਜਾ ਰਿਹਾ, ਪ੍ਰਦਰਸ਼ਨ ਗਾਹ ਤੋਂ ਕਰਨੇ ਆ, ਉਹਨਾਂ ਬਜ਼ੁਰਗਾਂ ਨੂੰ ਮੂਹਰੇ ਲਗਾ ਕੇ ਕਰ ਲੈ, ਪਰ ਇਹਨਾਂ ਬਦੋ ਵਿਰੋਧ ਪ੍ਰਦਰਸ਼ਨਾਂ ਕਰਕੇ ਕੋਈ ਬੰਦਾ ਛੁੱਟਿਆ ਅੱਜ ਤੱਕ ਤਾਂ ਮੈਨੂੰ ਦੱਸ ਦਿਓ ਤੁਸੀਂ। ਜੀ ਬਿਲਕੁਲ ਗਿੱਲ ਸਾਹਿਬ, ਇਹ ਤਾਂ ਆਪਣੀ ਆਪਣੀ ਹੁਣ ਜਿੱਦਾਂ ਨਾ ਸਿਆਣਪ ਜਿੱਦਾਂ ਇੱਕ ਵਰਤਣੀ ਚਾਹੀਦੀ ਹੈ, ਕਿਉਂਕਿ ਪ੍ਰੋਟੈਸਟ ਵੱਖ ਵੱਖ ਦੇਸ਼ਾਂ ਦੇ ਵਿੱਚ ਵੀ ਰੱਖੇ ਗਏ ਨੇ, ਹੁਣ ਇਟਲੀ ਦੇ ਵਿੱਚ ਵੀ ਰੱਖਿਆ ਗਿਆ 24 ਤਰੀਕ ਨੂੰ ਪ੍ਰੋਟੈਸਟ, ਤੇ ਅਸੀਂ ਬਜ਼ੁਰਗ ਸਾਰੇ ਜੀ ਬਿਲਕੁਲ ਸਾਰੇ ਬਜ਼ੁਰਗ ਜਿਹੜੇ ਆ ਉਹ ਕਿੰਨੇ 1984 ਤੋਂ ਲਗਾਤਾਰ ਕਰ ਰਹੇ ਆ। ਬਿਲਕੁਲ ਬਿਲਕੁਲ ਗਿੱਲ ਸਾਹਿਬ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਇਸ ਲਈ ਸਾਡਾ ਜਿਹੜਾ ਮੇਨ ਮੁੱਦਾ ਕੀ ਹੈ, ਆਪਣੀ ਸਰਕਾਰ ਆਵਾਜ਼ ਤੱਕ ਪਹੁੰਚਾਉਣੀ, ਸਰਕਾਰ ਆਵਾਜ਼ ਕਿੱਦਾਂ ਪਹੁੰਚਾਉਣੀ ਹੈ, ਆਪਣੇ ਆਪਣੇ ਪ੍ਰੋਟੈਸਟ ਦੇ ਢੰਗ ਸਾਡਾ ਕਿਹੋ ਜਿਹਾ ਹੋਣਾ ਚਾਹੀਦਾ, ਕਿਉਂਕਿ ਕੱਲ ਨੂੰ ਲੰਡਨ ਅੰਬੈਸੀ ਲੰਡਨ ਦੇ ਵਿੱਚ ਭਾਰਤੀ ਅੰਬੈਸੀ ਮੁਹਰੇ ਫਿਰ ਆਪਣੇ ਪ੍ਰੋਟੈਸਟ ਰੱਖਿਆ ਗਿਆ 1 ਤੋਂ 3 ਵਜੇ ਤੱਕ। ਪ੍ਰੋਟੈਸਟ ਕਰਨ ਦਾ ਤਰੀਕਾ ਕਿਹੋ ਜਿਹਾ ਹੋਣਾ ਚਾਹੀਦਾ, ਭਾਸ਼ਾ ਆਪਾਂ ਕਿਹੋ ਜਿਹੀ ਵਰਤਣੀ ਆ, ਇਹ ਸਾਡੇ ਹੁਣ ਲੀਡਰ ਸਾਹਿਬਾਨ ਜਿਨ੍ਹਾਂ ਨੇ ਉੱਥੇ ਜਾ ਕੇ ਸਾਰਾ ਇਹ ਪ੍ਰਬੰਧ ਕੀਤਾ ਹੈ, ਪਰਮਿਸ਼ਨਾਂ ਲਈਆਂ ਨੇ, ਪਰਮਿਸ਼ਨਾਂ ਲੈਣ ਤੋਂ ਬਿਨਾਂ ਪ੍ਰੋਟੈਸਟ ਵੀ ਨਹੀਂ ਕੀਤੇ ਜਾਂਦੇ, ਕਿਉਂਕਿ ਉਹਨਾਂ ਨੇ ਇਹ ਜ਼ਿੰਮੇ ਹੁਣ ਵਾਰੀ ਸਾਰੀ ਹੋਈ ਬਣਦੀ ਆ ਕਿ ਅਸੀਂ ਕਿਹੋ ਜਿਹੇ ਵਤੀਰੇ ਦੇ ਨਾਲ ਉੱਥੇ ਵਰਤਣਾ ਹੈ। ਗਿੱਲ ਸਾਹਿਬ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੁਣਿਆ, ਭਾਈ ਸਾਹਿਬ ਦੀ ਸਿੰਘ ਨੇ ਬੀਬੀ ਕਿਰਨ ਦਾ ਕਿਰਨਦੀਪ ਕੌਰ ਕੁਲਾਰ ਇੱਕ ਬੜੀ ਤੇਜ਼ੀ ਨਾਲ ਇੱਕ ਸੋਸ਼ਲ ਮੀਡੀਆ ਤੇ ਇੱਕ ਜਿਹੜਾ ਮੈਸੇਜ ਉਹਨਾਂ ਦੁਆਰਾ ਭੇਜਿਆ ਗਿਆ, ਇੱਕ ਵਾਇਰਲ ਹੋ ਰਿਹਾ ਕਿ ਮੈਂ ਇੱਥੇ ਹੁਣ ਸੇਫ ਨਹੀਂ ਆ, ਪੁਲਿਸ ਮੈਨੂੰ ਕਿਸੇ ਵੇਲੇ ਵੀ ਅਰੈਸਟ ਕਰ ਸਕਦੀ ਆ, ਤੇ ਭਾਈ ਸਾਹਿਬ ਵੀ ਹੁਣੀ ਸੇਫ ਨੇਗੇ ਇਸ ਵੇਲੇ ਪੰਜਾਬ ਦੇ ਵਿੱਚ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਬਿਲਕੁਲ ਜੀ, ਕਿਰਨਦੀਪ ਉਹ ਕੁਲਾਰ ਆ ਜਿਹੜਾ ਪਹਿਲਾਂ ਤਾਂ ਲੋਕਾਂ ਦੇ ਵਿੱਚ ਇਹ ਬਹੁਤ ਲੰਮੇ ਸਮੇਂ ਤੱਕ ਇਹ ਕਨਫਿਊਜ਼ਨ ਰਹੀ ਕਿ ਕਿਰਨ ਕੁਲਾਰ ਕੌਣ ਆ, ਕਿਰਨ ਕੁਲਾਰ ਇਹ ਕੁੜੀ ਹੋਰ ਆ, ਕਿਰਨ ਕੁਲਾਰ ਜਿਹੜੇ ਪਹਿਲੇ ਹੋਰ ਕਿਸੇ ਮੀਡੀਆ ਤੇ ਕੰਮ ਕਰਦੀ ਸੀ ਉਹ ਕੁੜੀ ਹੋਰ ਸੀ, ਉਹ ਦੋਨਾਂ ਦੇ ਵਿੱਚ ਵੱਖ ਆ। ਇਹ ਕੁੜੀ ਕਿਰਨ ਕੁਲਾਰ ਦੇ ਬਾਰੇ, ਇੰਗਲੈਂਡ ਦੀ ਕੁੜੀ ਆ ਇੱਥੋਂ ਆਪਣੇ ਮਿਡਲੈਂਡ ਤੋਂ ਹੀ, ਤੇ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਉਹਨਾਂ 10 ਫਰਵਰੀ ਨੂੰ ਵਿਆਹ ਹੋਇਆ ਸੀ, ਵਿਆਹ ਤੋਂ ਬਾਅਦ ਉਹ ਉੱਥੇ ਰਹਿਣ ਆਪਣੇ ਰਹਿ ਰਹੇ ਸੀ ਪਰਿਵਾਰ ਦੇ ਨਾਲ ਜੱਲੂਖੇੜਾ ਦੇ ਵਿੱਚ। ਅੱਜ ਸਵੇਰੇ ਜਦੋਂ NIA ਦੀਆਂ 8 ਟੀਮਾਂ ਦੀ ਗੱਲ ਪੰਜਾਬ ਦੇ ਵਿੱਚ ਗੱਲ ਆਈ ਆ, ਤੇ ਇਹ ਵੀ ਖਬਰ ਨਾਲ ਹੀ ਸਾਹਮਣੇ ਆ ਗਈ ਆ ਕਿ ਇਹ ਲੜਕੀ ਹੈ ਜਿਹੜੀ ਆ, ਇਸ ਲੜਕੀ ਦੇ ਦੀ ਵੀ ਪੁੱਛਗਿੱਛ ਹੋ ਸਕਦੀ ਆ ਜਾਂ ਪੁੱਛਗਿੱਛ ਸ਼ੁਰੂ ਹੋ ਗਈ ਹੋਊਗੀ ਜੀ। ਹੁਣ ਲੜਕੀ ਬ੍ਰਿਟਿਸ਼ ਬੋਰਨ ਆ, ਇੱਥੇ ਦੀ ਜੰਮ ਪਲ ਆ, ਉਸ ਲੜਕੀ ਨੇ ਫਿਰ ਇੱਥੇ ਕਿਉਂਕਿ ਉਹਦਾ ਜਿਹੜਾ ਅਕਾਊਂਟ ਆ ਉਹ ਬੰਦ ਆ, ਕਿਉਂਕਿ ਉਹ ਬਹੁਤ ਲਿਮਿਟਡ ਲੋਕ ਹੀ ਉਹਨੂੰ ਦੇਖ ਸਕਦੇ ਹੋਣੇ ਆ ਮੈਨੂੰ ਲੱਗਦਾ, ਨਹੀਂ ਹੁਣ ਸ਼ਾਇਦ ਇਹ ਮਾਸਟਰ ਤਕਰੀਬਨ ਪਬਲਿਕ ਹੋ ਚੁੱਕਿਆ ਜੀ।
ਪਹਿਲਾਂ ਪਹਿਲਾਂ ਤਾਂ ਲੈਂਡਲਾਰਡ ਲੋਕ ਹੀ ਦੇਖ ਸਕਦੇ ਸੀ, ਉਸਦੇ ਉੱਤੇ ਉਹਨੇ ਸਟੇਟਸ ਪਾ ਕੇ ਇਹ ਗੱਲ ਮੰਗ ਕੀਤੀ ਆ ਕਿ ਮੇਰੀ ਜਿਹੜੀ ਆ ਉਹ ਆਵਾਜ਼ ਯੂਕੇ ਦੇ ਵਿੱਚ ਚੱਕੀ ਜਾਵੇ ਕਿ ਮੈਨੂੰ ਮੇਰੀ ਮੈਨੂੰ ਖਤਰਾ ਆ ਇੱਥੇ। ਸੋ ਮੈਨੂੰ ਲੱਗਦਾ ਕਿ NIA ਜਾਂ ਭਾਰਤੀ ਏਜੰਸੀਆਂ ਪੁੱਛ ਕੇ ਜ਼ਰੂਰ ਕਰ ਲੈਣਗੀਆਂ, ਪਰ ਬ੍ਰਿਟਿਸ਼ ਬੌਰਨ ਲੜਕੀ ਆ, ਬ੍ਰਿਟਿਸ਼ ਬੌਰਨ ਲੜਕੀ ਦੇ ਆਪਣੇ ਰਾਈਟਸ ਆ, ਉਹ ਕਿਸੇ ਵੀ ਜੋ ਵਿਆਹ ਹੋਇਆ ਜਾਂ ਵਿਆਹ ਤੋਂ ਪਹਿਲਾਂ ਵੀ ਕਿਸੇ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੀ ਕਿਸੇ ਵੀ ਐਕਟੀਵਿਟੀ ਦੇ ਵਿੱਚ ਨਾ ਤਾਂ ਉਹ ਸਾਹਮਣੇ ਆਈ ਆ ਨਾ ਸਿੱਧੇ ਨਾ ਅਸਿੱਧੇ ਰੂਪ ਦੇ ਵਿੱਚ ਉਹ ਜੁੜੀ ਹੋ ਆ। ਜਿਸ ਤਰ੍ਹਾਂ ਮਾਂ ਪਿਓ ਘਰ ਬੈਠੇ ਆ ਉਵੇਂ ਹੀ ਉਹ ਕਿਸ ਨੂੰ ਕਲਾਰ ਬੈਠੀ ਆ, ਉਹਦਾ ਕੋਈ ਵੀ ਸੰਬੰਧ ਇਹਨਾਂ ਜਿਹੜਾ ਉਹਨਾਂ ਮੈਨੂੰ ਲੱਗਦਾ ਨੀ ਇਹ ਐਕਟੀਵਿਟੀਜ਼ ਦੇ ਨਾਲ ਹੋਊਗਾ। ਸੋ ਇਹ ਗੱਲ ਤਾਂ ਏਜੰਸੀਆਂ ਵੀ ਭਲੀ ਭਾਤੀ ਸਮਝਦੀਆਂ ਹੋਣਗੀਆਂ ਜਿਹੜੀਆਂ ਉੱਥੇ ਪੁੱਛਗਿੱਛ ਕਰਨ ਗਈਆਂ ਆ। ਸੋ ਮੈਨੂੰ ਨਹੀਂ ਲੱਗਦਾ ਕਿ ਹਾਂ ਸਵਾਲ ਜਵਾਬ ਸ਼ਾਇਦ ਜ਼ਰੂਰ ਹੋ ਜਾਣਗੇ, ਪਰ ਜਿਵੇਂ ਕਿਹਾ ਜਾ ਰਿਹਾ ਕੋਈ ਐਕਸ਼ਨ ਲੈਣ ਦੀ ਗੱਲ, ਮੈਨੂੰ ਲੱਗਦਾ ਨਹੀਂ ਕਿ ਇੱਥੇ ਤੱਕ ਏਜੰਸੀਆਂ ਜਾਣਗੀਆਂ ਕਿ ਉਹਨਾਂ ਉੱਤੇ ਕੋਈ ਐਕਸ਼ਨ ਲਈਏ, ਕਿਉਂਕਿ ਉਸ ਲੜਕੀ ਦਾ ਕਸੂਰ ਹੀ ਕੋਈ ਨਹੀਂ। ਉਹਨੇ ਤਾਂ ਕਦੀ ਇੱਕ ਮੀਡੀਆ ਜਾ ਕੇ ਉਹਦੀ ਤਸਵੀਰ ਵੀ ਨਹੀਂ ਆਈ, ਉਹਨੇ ਕਦੀ ਬਿਆਨ ਹੀ ਨਹੀਂ ਦਿੱਤਾ ਕੋਈ ਵੀ ਬਿਲਕੁਲ ਵੀ, ਹੈ ਨਾ ਜੀ। ਬਿਲਕੁਲ ਬਿਲਕੁਲ ਸਹੀ ਤੁਹਾਡੀ ਗੱਲ, ਗੰਸਲ ਬਿਲਕੁਲ ਸੰਧਾ। ਵੈਸੇ ਮੈਨੂੰ ਲੱਗਦਾ ਕਿ ਜੇ ਇਨਕੁਆਰੀ ਕਰਨੀ ਵੀ ਹੋਈ ਤਾਂ ਮੈਂ ਜੇ ਇਨਕੁਆਰੀ ਕੋਈ ਕਰਦੀ ਵੀ ਆ ਭਾਰਤ ਸਰਕਾਰ, ਤੇ ਮੈਨੂੰ ਲੱਗਦਾ ਕਿ ਬ੍ਰਿਟਿਸ਼ ਜਿਹੜੇ ਉੱਥੇ ਦੇ ਰਾਜਦੂਤ ਆ ਉਹਨਾਂ ਦੇ ਸਹਿਮਤੀ ਨਾਲ ਮੇਰਾ ਖਿਆਲ ਉਹਨਾਂ ਨੂੰ ਪੁੱਛਿਆ ਜਾ ਸਕਦਾ ਜੋ ਕਾਨੂੰਨ ਕਹਿੰਦਾ ਆ। ਜੀ ਜੀ ਬਿਲਕੁਲ ਜੀ, ਪੁੱਛ ਕੇ ਹੋ ਵੀ ਸਕਦੀ, ਨਿੱਜੀ ਸਵਾਲ ਹੋਣਗੇ ਉਹਨਾਂ ਦੇ, ਕੀ ਪੁੱਛ ਲੈਣਗੇ ਉਹਨੂੰ, ਕੁੜੀ ਨੂੰ ਘਰ ਬੈਠੀ ਆ ਕੁੜੀ, ਉਹ ਹਨਾ ਕੀ ਪਤਾ ਬਾਹਰ ਕੀ ਚੱਲ ਰਿਹਾ, ਕੀ ਕੁਛ ਹੋ ਰਿਹਾ, ਵਿਆਹ ਹੋਇਆ, ਵਿਆਹ ਤੋਂ ਬਾਅਦ ਵੀ ਉਹ ਮੀਡੀਆ ਸਾਹਮਣੇ ਨਹੀਂ ਆਈ, ਉਹ ਫੋਟੋ ਵੀ ਉਹਦੀਆਂ ਤਸਵੀਰ ਤੱਕ ਬਾਹਰ ਨਹੀਂ ਆਈ। ਸੋ ਜਿਹੜੀ ਲੜਕੀ ਦੀ ਤਸਵੀਰ ਤੱਕ ਬਾਹਰ ਨਹੀਂ ਆਈ ਉਹ ਕੀ ਉਹਦਾ ਕਸੂਰ ਤੁਸੀਂ ਸਮਝਦੇ ਹੋਵੋਗੇ? ਮੈਨੂੰ ਨਹੀਂ ਲੱਗਦਾ ਕਿ ਕਿਸੇ ਐਕਟੀਵਿਟੀਜ਼ ਦੇ ਵਿੱਚ ਉਹਦੀ ਕੋਈ ਉਹਦੀ ਭੂਮਿਕਾ ਹੋਊਗੀ, ਜੇ ਉਹਦੀ ਮਾਂ ਪਿਓ ਆ ਉਹ ਕੁੜੀ ਘਰ ਬੈਠੀ ਆ। ਸੋ ਇਹ ਗੱਲ ਤਾਂ ਭਾਰਤ ਸਰਕਾਰ ਜਾਂ ਜਿਹੜੀਆਂ ਏਜੰਸੀਆਂ ਵੀ ਸਮਝਦੀਆਂ ਹੋਣਗੀਆਂ। ਬਾਕੀ ਜਿਹੜੀ ਨਾ ਇੱਕ ਡਰ ਬਣਾਉਣ ਦੀ ਕੋਸ਼ਿਸ਼ ਵੀ ਆ, ਇੱਕ ਮੈਂ ਸਮਝਦਾ ਕਿ ਪੰਜਾਬ ਸਰਕਾਰ ਤੇ ਜਿਹੜਾ ਇਸ ਵਕਤ ਗ੍ਰਹਿ ਵਿਭਾਗ ਆ ਨਾ, ਉਹਨਾਂ ਦੇ ਇੱਕ ਹਰ ਮਸਲੇ ਦੇ ਵਿੱਚ ਬਿਲਕੁਲ ਆਪਾਂ ਕਹਿ ਦਈਏ ਵੀ ਇੱਕ ਤਰ੍ਹਾਂ ਦੇ ਨਾਲ ਨਿੱਕੀ ਨਿੱਕੀ ਗੱਲ ਉੱਤੇ ਵੀ ਨਜ਼ਰ ਰੱਖ ਕੇ ਨਾ ਉਸ ਚੀਜ਼ ਨੂੰ ਬਹੁਤ ਵੱਡਾ ਕਰਨ ਦੀ ਕੋਸ਼ਿਸ਼ ਆ ਵੀ ਜੀ। ਹੁਣ ਪੰਜਾਬ ਦੇ ਵਿੱਚੋਂ ਕਿਤੇ ਆਸਾਮ, ਹੁਣ ਜਿੰਨੇ ਵੀ ਆ ਬੰਦੇ ਆ ਆਪਣੇ, ਆ ਪੰਜ ਭੇਜੇ ਗਏ ਆ ਜਿਨ੍ਹਾਂ ਦੇ ਵਿੱਚ ਬੁੱਕਣਵਾਲ ਨੇ, ਦਲਜੀਤ ਕਲਸੀ ਨੇ, ਆ ਪ੍ਰਧਾਨ ਮੰਤਰੀ ਬਾਜੇ ਕੇ ਆ ਜਾਂ ਹਰਜੀਤ ਸਿੰਘ ਹੋਣੀ ਆ, ਕਿੰਨੇ ਹਾਰਡ ਕੋਰ ਕ੍ਰਿਮੀਨਲ ਨੇ, ਕੀ ਕਿੰਨਾ ਕੁ ਅੱਜ ਤਾਂ ਕੋਈ ਕ੍ਰਿਮੀਨਲ ਐਕਟੀਵਿਟੀ ਕੀਤੀ ਆ, ਜਿਨ੍ਹਾਂ ਨੂੰ ਭੇਜਣ ਦੀ ਲੋੜ ਆ। ਗੈਂਗਸਟਰ ਨੇ ਪੰਜਾਬ ਦੇ ਵਿੱਚ ਰਹਿੰਦੇ ਆ, ਪੰਜਾਬ ਦੇ ਵਿੱਚ ਰਹਿ ਕੇ ਨੈਟਵਰਕ ਬਣਾਉਂਦੇ ਆ, ਪੰਜਾਬ ਦੇ ਵਿੱਚ ਹੀ ਉਹ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੁੰਦਾ, ਉਸ ਤੋਂ ਬਾਅਦ ਆਪਾਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ, ਵਿੱਕੀ ਮਿੱਟੂ ਖੇੜ ਦਾ ਕਤਲ ਹੁੰਦਾ, ਸਾਰੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਕਦੀ ਭੇਜਿਆ? ਆਸਾਮ ਡਿਬੂ ਉਹਨਾਂ ਨੂੰ ਭੇਜੋ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਗੈਂਗਵਾਰਾਂ ਦੇ ਵਿੱਚ ਆਪਸ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦੇ ਮਾਰ ਰਹੇ ਆ, ਉਹ ਬੈਠੇ ਆ ਉਹਨਾਂ ਜੇਲ੍ਹਾਂ 'ਚ ਮੁੜ ਕੇ, ਫਿਰ ਚਾਹੇ ਜੱਗੂ ਗੈਂਗ ਦੇ ਹੋਣ ਜਾਂ ਬਿਸ਼ਨੋਈ ਗੈਂਗ ਦੇ ਹੋਣ ਜਾਂ ਕਿਸੇ ਵੀ ਹੋਰ ਗੈਂਗ ਦੇ ਹੋਣ, ਪਰ ਇਹਨਾਂ ਨੂੰ 13 ਜੇਲ੍ਹਾਂ ਹੋਰ ਲੱਭ ਲਈਆਂ ਗਈਆਂ ਜੀ। ਮਤਲਬ ਕਿ ਪੂਰੇ ਭਾਰਤ ਪੱਧਰ ਤੇ ਇਹ ਗੱਲ ਨੂੰ ਬਹੁਤ ਵੱਡੇ ਵੱਡੀ ਕਰਕੇ ਦਿਖਾਇਆ ਗਿਆ, ਜਿਸ ਦਾ ਫਾਇਦਾ ਸਰਕਾਰਾਂ ਜਿਹੜੀਆਂ ਉਹ ਵੋਟਾਂ ਦੇ ਵਿੱਚ ਲੈਣਗੀਆਂ, ਵੋਟਾਂ ਦੇ ਵਿੱਚ ਇਹ ਗੱਲਾਂ ਵਰਤੀਆਂ ਜਾਣਗੀਆਂ। ਪੰਜਾਬ ਜਿਹੜਾ 2K ਫਾਰਮੂਲਾ ਆ, ਕਸ਼ਮੀਰ ਐਂਡ ਖਾਲਿਸਤਾਨ, ਇਹ ਹਮੇਸ਼ਾ ਵੋਟਾਂ ਦੇ ਵਿੱਚ ਵਰਤਿਆ ਜਾਂਦਾ ਰਿਹਾ, ਉਹਦੇ ਵਰਤਿਆ ਜਾਂਦਾ, ਇਹ ਤਾਂ ਸਾਡੀ ਸਹਿਮਤ ਪਿਆ, ਅਸੀਂ ਗੱਲ ਨੂੰ ਕਿਵੇਂ ਟੈਕਲ ਕਰਨਾ।